ਜੁਆਇੰਟਲੀ ਜਿਸ ਤਰ੍ਹਾਂ ਅੱਜ ਇਕੱਠੇ ਹੋਏ ਹਾਂ, ਇਸੇ ਨਾਲ ਹੀ ਅਸੀਂ ਅੱਗੇ ਅੱਗੇ ਵਧੀਆ ਅੱਗੇ, ਕਿਉਂਕਿ ਦੇਖੋ ਅਸੀਂ ਸਾਰੇ ਇੰਡਸਟਰੀਜ਼ ਆਪਣੀਆਂ ਜਗ੍ਹਾ ਜਿਹੜੀਆਂ ਅਸੀਂ ਚਲਾ ਰਹੇ ਹਾਂ ਉਹਦੀਆਂ ਆਪਣੀਆਂ ਮਜਬੂਰੀਆਂ, ਉਹਦੀਆਂ ਆਪਣੀਆਂ ਪ੍ਰੋਬਲਮਸ ਹੈਗੀਆਂ, ਉਹਨਾਂ ਟੈਨਸ਼ਨਾਂ ਦੇ ਨਾਲ ਇਹ ਛੋਟੀਆਂ ਛੋਟੀਆਂ ਟੈਨਸ਼ਨਾਂ ਸਾਨੂੰ ਲੱਗਦਾ ਯਾਰ ਕੌਣ ਕਰੇਗਾ, ਸਾਨੂੰ ਆਪ ਨੂੰ ਕਰਨੀਆਂ ਪੈਣੀਆਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹਰ ਲੇਨ ਦੇ ਵਿੱਚੋਂ, ਹਰ ਇਲਾਕੇ ਦੇ ਵਿੱਚੋਂ ਨੁਮਾਇੰਦੇ ਆਉਣਗੇ, ਉਹ ਆਪਣੇ ਹੀ ਪ੍ਰੋਬਲਮ ਨੂੰ ਦੱਸਣਗੇ ਜੁਆਇੰਟਲੀ ਐਗਜੀਕਿਊਟਿਵ ਕਮੇਟੀ ਨੂੰ, ਕਿਉਂਕਿ ਜਦੋਂ ਅਸੀਂ ਕਮੇਟੀ ਕੋਲ ਜਾਵਾਂਗੇ ਜਾਂ ਐਮ ਐਲ ਏ ਕੋਲ ਜਾਵਾਂਗੇ, ਜਦੋਂ ਅਸੀਂ ਇਕੱਠੇ ਹੋ ਕੇ ਜਾਵਾਂਗੇ, ਦੇ ਵਿਲ ਲਿਸਨ ਟੂ ਇਟ। ਫੋਰਚੁਨੇਟਲੀ ਕੀ ਹੈ, ਸਾਰਾ ਦਾ ਸਾਰਾ ਇਲਾਕਾ ਸਾਡਾ ਕਮੇਟੀ ਦੇ ਵਿੱਚ ਆ ਗਿਆ। ਮੁਨਸਿਪਲ ਕਮੇਟੀ ਦੇ ਆਉਣ ਦੇ ਨਾਲ ਬੈਨੀਫਿਟ ਹੋ ਗਿਆ, ਕਿ ਜੁਆਇੰਟਲੀ ਇਕੱਠੀਆਂ ਕਰਨੀ ਸੋਲਵ ਕਰਨੀ ਹੈ। ਅਗਰ ਕੋਈ ਇਹ ਬੰਦਾ ਕਹੇ ਜੀ ਨਹੀਂ ਉਹ ਬੰਦੇ ਦੀ ਡਿਊਟੀ ਹੈ ਮੈਂ ਨਹੀਂ ਕੰਮ ਕਰਨਾ, ਉਹ ਗਲਤ ਹੈ। ਦੇਖੋ ਅੱਜ ਗੌਰਮੈਂਟ ਵੀ ਜਿਹੜੀ ਹੈਗੀ ਹੈ ਅਗਰ ਮੇਕ ਇਨ ਇੰਡੀਆ ਕੈਂਪੇਨ ਚਲਾ ਰਹੀ ਹੈ ਜਾਂ ਸਵੱਛ ਭਾਰਤ ਅਭਿਆਨ ਚਲਾ ਰਹੀ ਹੈ ਤਾਂ ਜੁਆਇੰਟਲੀ ਮੰਗ ਰਹੀ ਸਾਰਿਆਂ ਨੂੰ। ਅਗਰ ਸਵੱਛ ਅਭਿਆਨ ਨੂੰ ਲੈ ਕੇ ਚੱਲੀਏ ਤਾਂ ਸਾਡਾ ਇਲਾਕਾ ਜਿਹੜਾ ਅਗਰ ਕੱਲ੍ਹ ਨੂੰ ਸਾਡੀ ਆਪਣੀ ਗਲੀ ਸਾਫ਼ ਹੋਏਗੀ ਤਾਂ ਸਾਡੇ ਇਲਾਕੇ ਦੀ ਵੈਲਿਊ ਤਾਂ ਹੀ ਵਧੇਗੀ। ਅਗਰ ਅਸੀਂ ਸੋਚੀਏ ਸਿਰਫ ਐਸੋਸੀਏਸ਼ਨ ਨੇ ਕੰਮ ਕਰਾਉਣਾ ਜਾਂ ਕਮੇਟੀ ਨੇ ਕੰਮ ਕਰਨਾ, ਨਹੀਂ, ਸਾਨੂੰ ਆਪਣਿਆਂ ਨੂੰ ਜੁਆਇੰਟ ਐਫਰਟਸ ਕਰਨੇ ਆ ਨਾਲ ਨਾਲ। ਇਹ ਪ੍ਰਾਈਜ਼ ਦਿੱਤੀ, ਅਸੀਂ ਦਿੱਤੀ 250 ਰੁਪਏ, ਸਾਹਮਣੇ ਉਹ ਹੀ ਬੰਦਾ ਦੂਜੇ ਕੋਲੋਂ 400 ਰੁਪਏ ਲੈ ਕੇ ਜਾ ਰਿਹਾ ਸੀ। ਜਦੋਂ ਆਪਾਂ ਜੇ ਇਕੱਠੇ ਹੋਏ ਪਤਾ ਲੱਗ ਗਿਆ ਯਾਰ ਇਹ 250 ਰੁਪਏ ਸੀ, ਮੇਰੇ ਕੋਲ ਵੱਧ ਲੈ ਗਿਆ। ਤੋ ਅਗਰ ਅਸੀਂ ਐਸੋਸੀਏਸ਼ਨ ਲੈਵਲ 'ਤੇ ਉਹਨੂੰ ਦੱਸਾਂਗੇ ਕਿ ਵੀ ਸਾਡੇ ਕੋਲ ਇੰਨੇ ਮੈਂਬਰ ਹੈਗੇ ਹੈ, ਇਹ ਤੁਸੀਂ ਜਾਓਗੇ ਤੁਹਾਨੂੰ ਇੰਨਾ ਵੱਡਾ ਇੱਕ ਬੇਸ ਮਿਲੇਗਾ। ਇਸ ਤਰ੍ਹਾਂ ਦੀ ਕਈ ਸਰਵਿਸਿਜ਼ ਹੈਗੀਆਂ ਜਿਹੜੀ ਕਾਮਨ ਹੈ, ਕੋਰੀਅਰ ਕੰਪਨੀ ਹੋ ਗਈ ਜਿਸ ਤਰ੍ਹਾਂ, ਉਹਨੂੰ ਨੈਗੋਸ਼ੀਏਟ ਕੀਤਾ ਜਾ ਸਕਦਾ। ਇਹ ਛੋਟੇ ਛੋਟੇ ਇਹ ਸਾਰੀਆਂ ਚੀਜ਼ਾਂ ਜਿਹੜੀ ਅਸੀਂ ਹਾਈਲਾਈਟ ਕਰ ਰਹੇ ਹਾਂ, ਜੋ ਅਸੀਂ ਕਰ ਰਹੇ ਹਾਂ। ਅੱਜ ਤੁਸੀਂ ਮੀਡੀਆ 'ਚ ਵੀ ਦੇਖੋ, ਅਗਰ ਮੋਦੀ ਸਾਹਿਬ ਨੇ ਆਪਣਾ ਡੀਮੋਨੇਟਾਈਜੇਸ਼ਨ ਚਲਾਇਆ ਸੀ ਤਾਂ ਮੀਡੀਆ ਦਾ ਬਹੁਤ ਵੱਡਾ ਸਪੋਰਟ ਸੀ, ਅਤੇ ਸਾਨੂੰ ਵੀ ਇਹਨਾਂ ਦਾ ਬਹੁਤ ਵੱਡਾ ਸਪੋਰਟ ਚਾਹੀਦਾ ਸਾਡੇ ਇਲਾਕੇ ਨੂੰ ਡਿਵੈਲਪਮੈਂਟ ਕਰਨ ਵਾਸਤੇ। ਸੋ ਵੀ ਆਲ ਨੀਡ ਦੇਅਰ ਹੈਲਪ, ਸੋ ਵੀ ਹੈਵ ਟੂ ਹੈਲਪ ਰਿਪੇਅਰ ਦੈਮ ਕਿ ਸਾਡੇ ਜਿਹੜੇ ਏਰੀਆ ਦੀ ਪ੍ਰੋਬਲਮ ਹੈਗੀਆਂ, ਸਾਡੇ ਏਰੀਆ ਦੀਆਂ ਜਿਹੜੀਆਂ ਇਸ਼ੂ ਲੱਗੇ ਆ ਉਹਨੂੰ ਤੁਸੀਂ ਵੱਧ ਤੋਂ ਵੱਧ ਲੈਵਲ 'ਤੇ ਹਾਈਲਾਈਟ ਕਰੋ ਅਤੇ ਵੱਧ ਤੋਂ ਵੱਧ ਲੈਵਲ 'ਤੇ ਸਾਨੂੰ ਇੰਪਰੂਵ ਕਰਨ 'ਚ ਸਾਡੀ ਹੈਲਪ ਕਰੋ ਜੀ। ਸਾਡੇ ਇਲਾਕੇ ਜਿਸ ਤਰ੍ਹਾਂ 2-3 ਵੱਡੇ ਵੱਡੇ ਯੂਨਿਟਸ ਹੈਗੇ ਆ, ਅਸੀਂ ਉਹਨਾਂ ਦੀ ਬੜੀ ਸਪੋਰਟ ਲਈ ਹੈ, ਉਹਨਾਂ ਨੇ ਸਾਨੂੰ ਮੋਨੀਟਰਲੀ ਵੀ ਕੋਆਪਰੇਟ ਕੀਤਾ ਹੈ, ਉਹਨਾਂ ਨੇ ਆਪਣੇ ਬੰਦੇ ਵੀ ਦਿੱਤੇ ਹੈ। ਸੋ ਇਹ ਅਸੀਂ ਜਿਹੜੇ ਸਾਡੀ ਐਕਸਪੀਰੀਅੰਸਿਸ ਹੈਗੀਆਂ, ਇਹ ਐਕਸਪੀਰੀਅੰਸ ਅਸੀਂ ਤੁਹਾਡੇ ਇਲਾਕੇ 'ਚ ਵੀ ਸ਼ੇਅਰ ਕਰਨਾ ਚਾਹਾਂਗੇ ਕਿ ਉੱਥੇ ਵੀ ਵੱਡੇ ਵੱਡੇ ਯੂਨਿਟਸ ਹੈਗੇ ਆ, ਇਫ ਵੀ ਪ੍ਰੋਪਰਲੀ ਗੋ ਐਂਡ ਕਨਵਿੰਸ ਦੈਮ ਕਿ ਵੀ ਇਹ ਅਗਰ ਏਰੀਆ ਡਿਵੈਲਪ ਕਰੇਗਾ ਉੱਥੇ ਤੁਹਾਨੂੰ ਵੀ ਬੈਨੀਫਿਟ ਹੈਗਾ, ਜਿਸ ਤਰ੍ਹਾਂ ਆਪਣੇ ਇਲਾਕੇ ਮੇਂ ਸੌਰਵ ਕੈਮੀਕਲਸ ਹੈ, ਇਸੀ ਤਰ੍ਹਾਂ ਇਲਾਕੇ ਬੜੇ ਬੜੇ ਹੈ ਜਹਾਂ ਪਰ ਛੋਟੇ ਯੂਨਿਟਸ ਤੋਂ ਹੈਂ ਲੇਕਿਨ ਬੜੇ ਯੂਨਿਟ ਵੀ ਹੈ, ਉਨਕੋ ਪ੍ਰੋਪਰਲੀ ਅਗਰ ਹਮ ਅਪਰੋਚ ਕਰੇਂ ਜਾ ਕੇ ਉਨਕੋ ਕਹੇਂ ਕਿ ਜੀ ਹਮਾਰੀ ਜੋ ਪ੍ਰੋਬਲਮ ਕੇ ਅੰਦਰ ਆਪ ਹਮਾਰਾ ਸਾਥ ਦੀਜੀਏ, ਐਂਡ ਵੀ ਕੈਨ ਗਿਵ ਦਮ ਅ ਲਾਈਵ ਐਗਜ਼ਾਮਪਲ, ਕਿਉਂਕਿ ਅਗਰ ਇਹ ਸੀਵਰੇਜ ਬਣਿਆ ਸੀ, ਅਗਰ ਸਾਡੀ ਐਸੋਸੀਏਸ਼ਨ ਨੇ ਸਿਰਫ 20% ਕੋਸਟ ਦਿੱਤੀ ਸੀ, ਲੇਕਿਨ 30% ਕੋਸਟ ਨੈਕਟਰ ਨੇ, 30% ਕੋਸਟ ਰਾਜਸਥਾਨ ਲਿਕਰ ਨੇ, 20% ਕੋਸਟ ਕੋਰ ਮੈਟਰ ਨੇ ਦਿੱਤੀ ਸੀ। ਅਗਰ ਇਹ ਲੋਕ ਸਪੋਰਟ ਨਾ ਕਰਦੇ ਤਾਂ ਇਹ ਚੀਜ਼ ਨਹੀਂ ਕੰਮ ਹੋਣੀ ਸੀ। ਅਤੇ ਸਾਨੂੰ ਫਿਰ ਸਭ ਨਾਲੋਂ ਵੱਡੀ ਇੱਕ ਹੋਰ, ਅੱਜ ਕੱਲ੍ਹ ਸਾਡੇ ਕਈ ਐਸੇ ਛੋਟੇ ਵੀਰ ਵੀ ਹੋਣਗੇ, ਛੋਟੇ ਯੂਨਿਟਸ ਹੈਗੇ ਜਿਨ੍ਹਾਂ ਨੂੰ ਰੋਜ਼ ਨਵੀਆਂ ਨੋਟੀਫਿਕੇਸ਼ਨ ਆ ਰਹੀਆਂ ਜਿਸ ਤੋਂ ਘਬਰਾ ਰਹੇ ਹੈ। ਕੋਈ ਕਹਿੰਦਾ ਜੀ GST ਲੱਗ ਗਿਆ, ਕੋਈ ਕਹਿੰਦਾ ਜੀ ਲੇਬਰ ਨੂੰ ਤੁਸੀਂ ਤਨਖਾਹ ਚੈੱਕ 'ਤੇ ਦੂਰ ਦੇਣੀ ਹੈ, ਹੁਣ ਇਹ ਪ੍ਰੋਬਲਮ ਹਰੇਕ ਨੂੰ ਕਿਸੇ ਨਾ ਕਿਸੇ ਨੂੰ ਵੱਡੇ ਯੂਨਿਟਸ ਨੂੰ ਹੈਗੇ ਆ, ਉਹ ਲੋਕ ਚਲੋ ਮੈਨੇਜ ਕਰ ਲੈਂਦੇ ਆ। ਸਾਡੇ ਕਈ ਐਸੇ ਸਮਾਲ ਸਕੇਲ ਜਿਹੜੇ ਵੀਰ ਹੈਗੇ ਆ, ਉਹਨਾਂ ਲੋਕਾਂ ਨੂੰ ਵੀ ਅਸੀਂ ਇਹ ਚੀਜ਼ਾਂ ਦੇ ਬਾਰੇ ਗਿਆਨ ਦੇਵਾਂਗੇ। ਵੀ ਵਿਲ ਆਲ ਹੈਲਪ ਦੈਮ ਐਂਡ ਕੋਆਪਰੇਟ ਦੈਮ ਇਨ ਨੋਇੰਗ ਦੈਮ ਕਿ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ, ਕਿਸ ਤਰ੍ਹਾਂ ਦਾ ਅੱਗੇ ਇਸ ਦੇ ਬਾਰੇ ਉਹਨਾਂ ਨੂੰ ਪ੍ਰੋਗਰਾਮ ਕਰਨਾ ਚਾਹੀਦਾ, ਜਾਂ ਕਿਤੇ ਬੁੱਕਸ ਨੂੰ ਆਪਣਾ ਕਿਸ ਤਰ੍ਹਾਂ ਠੀਕ ਕਰਨਾ ਚਾਹੀਦਾ। ਇਸੇ ਰੈਫਰੈਂਸ 'ਚ ਅਸੀਂ ਸਾਰੇ ਜਿਹੜੇ ਇਲਾਕੇ ਦੇ ਸਾਡੇ ਆਫਿਸਰ ਵਗੈਰਾ ਹੈਗੇ ਉਹਨਾਂ ਸਾਰਿਆਂ ਨੂੰ ਅਸੀਂ ਮਿਲਾਂਗੇ, ਉਹਨਾਂ ਸਾਰਿਆਂ ਕੋਲ ਅਸੀਂ ਜਾਵਾਂਗੇ। ਦਾ ਅਸੀਂ ਬਣਾਇਆ ਹੈਗਾ ਵਿੱਚ ਵਿਲ ਡਿਸਟ੍ਰੀਬਿਊਟਡ ਟੂ ਐਵਰੀਬਡੀ। ਅਸੀਂ ਬੇਸਿਕਲੀ ਜਿਹੜਾ ਚੀਜ਼ ਚਾਹੁੰਦੇ ਹਾਂ ਕਿ ਡੇਰਾਬਸੀ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦਾ ਨਾਂ ਇੱਕ ਬਹੁਤ ਉੱਚੇ ਅਦਾਰੇ 'ਤੇ ਪਹੁੰਚੇ। ਹੁਣ ਆਉਣ ਵਾਲੇ ਟਾਈਮ 'ਚ ਬਹੁਤ ਸਾਰੀ ਇੰਡਸਟਰੀ ਇੱਥੇ ਆਉਣ ਵਾਲੀਆਂ, ਚੰਡੀਗੜ੍ਹ ਜਦ ਦਾ GST ਲੱਗ ਜਾਏਗਾ ਸਾਰੇ ਲੋਕ ਇਹਨਾਂ 'ਤੇ ਇਸ ਇਲਾਕੇ ਨੂੰ ਅਗਰ ਅਸੀਂ ਵਧਾਉਣਾ ਹੈ ਇਹ ਕੈਲੰਡਰ ਇਹ ਅਸੀਂ ਕੈਲੰਡਰ ਬਣਾਇਆ ਹੈ ਜਿਹੜਾ ਕਿ ਹਰ ਯੂਨਿਟ ਨੂੰ ਦਿੱਤਾ ਜਾਏਗਾ, 30-40 ਕੈਲੰਡਰ ਹਰੇਕ ਯੂਨਿਟ ਨੂੰ ਦਿੱਤੇ ਜਾਣਗੇ, ਸੋ ਦੈਟ ਆਪਣੇ ਜਿਹੜੇ ਵੀ ਇਲਾਕੇ ਦੇ ਜਿਹੜੇ ਮਸ਼ਹੂਰੀ ਕਰਨ ਵਾਸਤੇ ਜਾਂ ਜਿਹੜਾ ਕੋਰੀਅਰ ਹੋ ਗਿਆ, ਇਲਾਕੇ ਦੇ ਜਿਹੜੇ ਰੇਹੜੀ ਵਾਲੇ ਹੋ ਗਏ ਜਾਂ ਨੇੜੇ ਦੇ ਦੁਕਾਨਦਾਰ ਹੋ ਗਏ, ਉਹਨਾਂ ਸਾਰਿਆਂ ਨੂੰ ਅਸੀਂ ਇਹ ਚੀਜ਼ਾਂ ਨੂੰ ਉਹਨਾਂ ਸਾਰਿਆਂ ਕੋਲ ਅਸੀਂ ਇੱਕ ਡਾਇਰੀ ਦੇ ਰਹੇ ਹਾਂ, ਜਿਸ ਡਾਇਰੀ ਇਜ਼ ਬੇਸਿਕਲੀ ਟੂ ਮੇਕ ਦੈਮ ਰਿਮਾਇੰਡ ਐਵਰੀ ਡੇ, ਦਿਸ ਇਜ਼ ਪਾਸ ਆਨ ਕਰਾਉਂਦੇ ਤੁਹਾਨੂੰ ਸਾਰਿਆਂ ਨੂੰ ਦਿਖਾਉਣ ਵਾਸਤੇ। ਇਹ ਡਾਇਰੀ ਵੀ ਹਰ ਇੱਕ ਮੈਂਬਰ ਨੂੰ ਦਿੱਤੀ ਜਾਏਗੀ ਜਿਹਦੇ ਹੱਥ 'ਚ ਅੱਗੇ ਚਲੀ ਜਾਏਗੀ। ਇਹਦੇ ਇਲਾਵਾ ਵੈਸੇ ਅਸੀਂ ਇੱਕ ਮਿੰਟ ਉਹਦੇ ਹਰ ਮੈਂਬਰ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਏਗਾ, ਸਰਟੀਫਿਕੇਟ ਔਫ ਮੈਂਬਰਸ਼ਿਪ, ਜਿਸ ਤਰ੍ਹਾਂ ਐਸੋਸੀਏਸ਼ਨ ਦੇ ਇੱਕ ਆਪਣੀ ਆਈਡੈਂਟੀ ਨੂੰ ਬਣਾ ਕੇ ਦਿਖਾਉਣ ਵਾਸਤੇ ਅਸੀਂ ਕੀ ਹੈਗੇ ਹਾਂ ਉਹ ਸਾਰਾ ਦਾ ਸਾਰਾ ਇਹਦੇ ਵਿੱਚ ਦਿੱਤਾ ਜਾਏਗਾ। ਦਿਸ ਇਜ਼ ਸਰਟੀਫਿਕੇਟ ਔਫ ਮੈਂਬਰਸ਼ਿਪ ਫੋਰ ਐਵਰੀਬਡੀ, ਦਿਸ ਵਿਲ ਬੀ ਡਿਸਟ੍ਰੀਬਿਊਟਡ ਅਮੰਗ ਜਿਹੜੇ ਜਿਹੜੇ ਸਾਡੇ ਵੀਰ ਆਏ ਉਹਨਾਂ ਸਾਰਿਆਂ ਨੂੰ ਦਿੱਤਾ ਜਾਏਗਾ।
ਇਹਦੇ ਇਲਾਵਾ ਮੇਰੀ ਇੱਕ ਦੋ ਸੁਜੈਸ਼ਨ ਹੈਗੀਆਂ ਆਪਣੇ ਲੈਵਲ 'ਤੇ, ਜਿਸ ਤਰ੍ਹਾਂ ਅਸੀਂ ਆਪਣੇ ਲੋਕਾਂ ਨੇ ਆਪਣੇ ਇਲਾਕੇ ਨੂੰ ਨੋਮਨਕਲੇਚਰ ਕਰ ਦਿੱਤਾ ਹੈ ਲਕਸ਼ਮੀ ਇੰਡਸਟਰੀਅਲ ਪਾਰਕ, ਇਸੇ ਤਰੀਕੇ ਨਾਲ ਅਸੀਂ ਚਾਹਵਾਂਗੇ ਅਸੀਂ ਆਪਣੇ ਆਪਣੇ ਇਲਾਕੇ ਨੂੰ ਜਿਹੜੇ ਜਿਹੜੇ ਕਲੱਸਟਰ ਹੈਗੀਆਂ ਉਹਨੂੰ ਕੁਛ ਨਾ ਕੁਛ ਨੋਮਨਕਲੇਟ ਕਰ ਦਈਏ, ਵੀ ਤਾਂ ਅਦਰਵਾਈਜ਼ ਕੀ ਹੁੰਦਾ ਸੈਦਪੁਰੇ ਆ ਜਾਈਏ, ਸਾਰਿਆਂ ਦਾ ਇੱਕੋ ਐਡਰੈਸ ਹੈਗਾ ਸਾਰਾ ਸਾਰਿਆਂ ਦਾ, ਵਿਲੇਜ ਸੈਦਪੁਰਾ ਪਰਵਾਲਾ ਰੋਡ ਡੇਰਾ ਬੱਸੀ, ਇੱਕੋ ਐਡਰੈਸ ਨਹੀਂ ਹੈਗਾ ਸਾਰੇ ਕਿਸੇ ਦਾ। ਹੁਣ ਸਾਡੇ ਕੀ ਹੈ ਕਿ ਜਦ ਤਾਂ ਅਸੀਂ ਇੱਕ ਮਹੀਨੇ ਤੋਂ ਤੁਹਾਨੂੰ ਦੱਸ ਰਹੇ, ਇੱਕ ਮਹੀਨੇ ਤੋਂ ਅਸੀਂ ਲੇਨ 1, 2, 3, 4, 5 ਤੋਂ ਟਿੱਚ ਕਰਕੇ ਬੰਦਾ ਉੱਥੇ ਪਹੁੰਚ ਜਾਂਦਾ, ਭਾਈ ਲੇਨ ਦਿਖ ਗਈ ਤਾਂ ਇਹਨੂੰ 2 ਨੰਬਰ ਦਿਖ ਗਈ, ਚੱਲ ਵੀ ਉੱਥੇ ਪਹੁੰਚ ਜਾ। ਇਹ ਅਸੀਂ ਆਪਣਾ ਐਕਸਪੀਰੀਅੰਸ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਜਿਹਦਾ ਸਾਨੂੰ ਬੈਨੀਫਿਟ ਹੋਇਆ। ਮੈਂ ਚਾਹਾਂਗਾ ਕਿ ਭਾਈ ਜਿਹੜੇ ਹੋਰ ਇਲਾਕੇ ਹੈਗੇ ਆ ਜਿਸ ਤਰ੍ਹਾਂ ਤੁਹਾਡਾ ਕਲੱਸਟਰ ਹੈਗਾ, ਤੁਹਾਡੀਆਂ ਵੀ 4-5 ਗਲੀਆਂ ਹੈਗੀਆਂ, ਅਗਰ ਤੁਸੀਂ ਆਪਣੀ ਗਲੀ ਨੰਬਰ 1 ਜਿਸ ਤਰ੍ਹਾਂ ਕੋਈ ਇੱਕ ਨੋਮਨਕਲੇਟ ਕਰ ਲਓ, ਸੁਜੈਸ਼ਨ ਹੈਗੀ ਹੈ, ਤੁਸੀਂ ਜੋ ਵੀ ਆਪਣਾ ਨਾਮ ਰੱਖਣਾ ਚਾਹੁੰਦੇ ਹੋ ਇੱਕ ਨਾਮ ਰੱਖ ਕੇ ਉਹ ਐਸੋਸੀਏਸ਼ਨ ਲੈਵਲ 'ਤੇ ਅਸੀਂ ਉਸਨੂੰ ਪ੍ਰਮੋਟ ਕਰਾਂਗੇ, ਹਾਈਲਾਈਟ ਕਰਾਂਗੇ ਕਿ ਇਹ ਇਲਾਕਾ ਹੈਗਾ, ਆਪਣੇ ਆਪ ਨੂੰ ਪਾਰਟੀਸਪੇਟ ਕਰੇ, ਐਕਟਿਵਲੀ ਪਾਰਟੀਸਪੇਟ ਕਰੇ, ਔਰ ਐਕਟਿਵਲੀ ਪਾਰਟੀਸਪੇਸ਼ਨ ਦੇ ਨਾਲ ਨਾਲ ਅੱਗੇ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਅਸੀਂ ਇਸਨੂੰ ਜੁਆਇੰਟਲੀ ਸੋਲਵ ਕਰੀਏ। ਇਹ ਛੋਟਾ ਜਿਹਾ ਮੈਂ ਜਿਹੜਾ ਆਪਣਾ ਐਸੋਸੀਏਸ਼ਨ ਦੇ ਬਾਰੇ ਜਿਹੜਾ ਮੈਂ ਦੱਸਣਾ ਚਾਹੁੰਦਾ ਸੀ, ਇਸ ਐਸੋਸੀਏਸ਼ਨ ਦੇ ਵਿੱਚ ਹੁਣ ਜਿਸ ਤਰ੍ਹਾਂ ਮੇਰਾ ਜਨਰਲ ਸੈਕਟਰੀ ਹੈ, ਪ੍ਰੈਜੀਡੈਂਟ ਸਾਹਿਬ ਅਨਿਲ ਸ਼ਰਮਾ ਜੀ ਹੈਗੇ ਹੈ, ਅਤੇ ਟ੍ਰੈਜਰ ਸਾਹਿਬ ਮੋਂਗੀਆ ਜੀ ਹੈਗੇ ਹੈ, ਵਾਈਸ ਪ੍ਰੈਜੀਡੈਂਟ ਸਾਡੇ ਆਪਣਾ ਪ੍ਰਦੀਪ ਸ਼ਰਮਾ ਜੀ ਹੈਗੇ, ਅੱਜ ਆਏ ਨਹੀਂ ਹੈਗੇ, ਸਾਨੂੰ ਕਹਿੰਦੇ ਆਪਾਂ ਕੁਛ ਕੁਛ ਕਰਨ ਵਾਲਾ ਬੰਦਾ ਇਹ ਹੈਗਾ ਜੀ, ਬਹੁਤ ਵੱਡੀ ਇਹਦੀ ਹਿੰਮਤ ਹੈ ਕਿਉਂਕਿ ਇਹ ਸਾਰਿਆਂ ਨੂੰ ਜਾਣਦਾ, ਇਹਦੇ ਆਸ਼ੀਰਵਾਦ ਬੇੜਾ ਸਾਰਿਆਂ ਦਾ ਹੈਗਾ, ਲੇਕਿਨ ਹਿੰਮਤ ਤੇਰੀ ਹੈ। ਮੈਂ ਬਹੁਤ ਹੋਰ ਵੀ ਥੈਂਕਸ ਮੋਂਗੀਆ ਜੀ ਦਾ ਕਹਾਂਗਾ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਅੱਜ ਅਰੇਂਜਮੈਂਟ ਵਾਸਤੇ ਸਾਡਾ ਐਗਜੀਕਿਊਟਿਵ, ਮੈਂ ਇੱਕ ਹੋਰ ਇਹਨਾਂ ਦੇ ਬਾਰੇ ਵੀ ਕਹਾਂਗਾ, ਇਹ ਐਸੋਸੀਏਸ਼ਨ ਨੂੰ ਕੁਛ ਕਰਨ ਵਾਲੇ ਬੰਦੇ ਵੀ ਸਾਰਿਆਂ ਨਾਲ ਜ਼ਿਆਦਾ ਮੋਂਗੀਆ ਜੀ ਹੈਗੇ, ਅਸੀਂ ਜੁਆਇੰਟਲੀ 2-4 ਬੰਦੇ ਮਿਲ ਕੇ ਦੇਖੋ, ਹਰ ਇੱਕ ਨੂੰ ਥੋੜ੍ਹਾ ਥੋੜ੍ਹਾ ਟਾਈਮ ਤਾਂ ਕੱਢਣਾ ਪੈਣਾ, ਅਗਰ ਕੋਈ ਇਹ ਸੋਚੇ ਕਿ ਵੀ ਨਹੀਂ ਸਿਰਫ ਇਹ 4 ਬੰਦੇ ਹੈਗੇ ਉਹਨਾਂ ਨੇ ਕਰਨਾ, ਉਹ ਗਲਤ ਹੈ। ਸਿੱਧੂ ਸਾਹਿਬ ਨੂੰ ਮਿਲਾਂਗੇ, ਇਹਨਾਂ ਸਾਰਿਆਂ ਨੂੰ ਮਿਲ ਕੇ ਜਿਹੜੀਆਂ ਸਾਡੀਆਂ ਕਾਮਨ ਪ੍ਰੋਬਲਮ ਹੈਗੀਆਂ ਐਟਲੀਸਟ ਉਹਨਾਂ ਨੂੰ ਦੱਸ ਦਈਏ ਵੀ ਐਸੋਸੀਏਸ਼ਨ ਬਣ ਗਈ ਹੈ, ਕੱਲ੍ਹ ਨੂੰ ਤੁਹਾਡੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਅਤੇ ਤੁਹਾਨੂੰ ਕਿਸੇ ਜਗ੍ਹਾ 'ਤੇ ਕੋਈ ਇਸ਼ੂ ਆਉਂਦਾ ਸਾਨੂੰ ਅਸੀਂ ਤੁਹਾਡੇ ਕੋਲ ਆਉਣਾ ਚਾਹੀਏ ਅਤੇ ਸਾਨੂੰ ਤੁਸੀਂ ਹੈਲਪ ਕਰੋ। ਸੋ ਦਿਸ ਇਜ਼ ਆਲ ਸਮਾਲ ਲਿਟਲ ਬਿਟ ਜਿਹੜਾ ਮੈਂ ਤੁਹਾਨੂੰ ਦੱਸਿਆ, ਇਹ ਐਕਟੀਵਿਟੀ ਸਾਡੀਆਂ ਹੋਈਆਂ। ਇਹਦੇ ਇਲਾਵਾ ਤੁਸੀਂ ਕੋਈ ਕੁਛ ਚੀਜ਼ ਪੁੱਛਣਾ ਚਾਹੁੰਦੇ ਹੋ ਮੇਰੇ ਕੋਲ ਐਸੋਸੀਏਸ਼ਨ ਦੇ ਰਿਲੇਟਡ, ਤਾਂ ਆਈ ਐਮ ਵੈਰੀ ਫਰੀ। ਇਸ ਤੋਂ ਬਾਅਦ ਮੈਂ ਸ਼ਰਮਾ ਜੀ ਨੂੰ, ਥੈਂਕ ਯੂ ਵੈਰੀ ਮੱਚ, ਕੋਹਲੀ ਸਾਹਿਬ ਨੇ ਕੁਝ ਜ਼ਿਆਦਾ ਹੀ ਕਹਿ ਦਿੱਤਾ ਹੈ, ਬਟ ਐਨੀਵੇ ਸੱਚਾਈ ਇਹੀ ਹੈ ਕਿ ਸ਼ੁਰੂਆਤ ਤਾਂ ਪਹਿਲੇ ਕਦਮ ਤੋਂ ਹੀ ਹੁੰਦੀ ਹੈ, ਜੇ ਅਸੀਂ ਪਹਿਲਾ ਕਦਮ ਹੀ ਨਹੀਂ ਪੱਟਾਂਗੇ ਤਾਂ ਫਿਰ ਅੱਗੇ ਮੰਜ਼ਿਲ ਤੱਕ ਤਾਂ ਪਹੁੰਚ ਹੀ ਨਹੀਂ ਸਕਦੇ। ਮੈਂ ਇੱਕ ਮਲਟੀਨੈਸ਼ਨਲ 'ਚ ਕੰਮ ਕਰਦਾ ਸੀਗਾ, 32 ਸਾਲ ਕੰਮ ਕੀਤਾ, ਉਸ ਤੋਂ ਬਾਅਦ ਇੱਥੇ ਆਪਣੀ ਫੈਕਟਰੀ ਲਗਾਈ, ਮੇਰੇ ਬ੍ਰਦਰ ਦਾ ਸ਼ੈੱਡ ਹੈਗਾ ਇੱਥੇ ਲੇਨ ਨੰਬਰ 3 ਦੇ ਵਿੱਚ, ਅੱਜ ਹੁਣ ਕਿਉਂਕਿ ਲੇਨ ਤਾਂ ਮੈਨੂੰ ਬਹੁਤਾ ਜ਼ਿਆਦਾ ਆਈਡੀਆ ਨਹੀਂ ਰਿਹਾ ਕਿਉਂਕਿ ਮੈਂ ਇੱਥੋਂ ਦੀ ਮੂਵ ਕਰਕੇ ਹੁਣ ਹਰੀਪੁਰ ਹਿੰਦੂ ਚਲਾ ਗਿਆ, ਅਤੇ ਇੱਥੇ ਫੈਕਟਰੀ ਲਗਾਈ, ਇੱਕ ਬੰਦੇ ਦੇ ਨਾਲ ਕੰਮ ਸਟਾਰਟ ਕੀਤਾ, ਔਰ ਪਹਿਲੇ ਝਟਕੇ ਦੇ ਵਿੱਚ ਹੀ ਪਹਿਲੀ ਬਰਸਾਤ ਹੋਈ ਔਰ ਪਾਣੀ ਫੈਕਟਰੀ ਦੇ ਅੰਦਰ ਘੁਸ ਗਿਆ, ਤਕਰੀਬਨ 2 ਲੱਖ ਦਾ, ਕਿਉਂਕਿ ਪੇਪਰ ਹੈ, ਫਿਲਟਰ ਪੇਪਰ ਹੈ, ਸ਼ੀਟ ਮੈਟਲ ਦਾ ਕੰਮ ਹੈ, ਸਭ ਸੁਹਾ। ਅਸੀਂ ਜੀ ਬੜੀ ਕੋਸ਼ਿਸ਼ ਕਰਕੇ ਦੇਖਿਆ ਵੀ ਇੱਥੇ ਕੀ ਚੱਕਰ ਹੈ, ਜਦੋਂ ਜਿਸ ਦਿਨ ਰਾਤੀ ਸਾਨੂੰ 2 ਵਜੇ ਫੋਨ ਆਇਆ ਕਿ ਯਾਰ ਪਾਣੀ ਫੈਕਟਰੀ 'ਚ ਵੜ ਗਿਆ, ਇੱਥੇ ਇੱਥੇ ਤੱਕ ਪਾਣੀ, ਅਸੀਂ ਇੱਕ ਦੂਜੇ ਦਾ ਹੱਥ ਪਕੜ ਕੇ ਮਤਲਬ ਉੱਥੇ ਤੱਕ ਪਹੁੰਚੇ ਫੈਕਟਰੀ ਤੱਕ, ਬੜੀ ਮੁਸ਼ਕਿਲ ਨਾਲ ਪਾਣੀ ਕੱਢਿਆ, ਕਿਸ ਤਰੀਕੇ ਦੇ ਨਾਲ ਉਹ ਬਾਹਰ ਕੀਤਾ, ਫਿਰ ਅੱਗੇ ਦਿਨ ਇਕੱਠੇ ਹੋਏ ਅਸੀਂ ਅਗਲੇ ਦਿਨ, ਕਿਉਂਕਿ ਫੈਕਟਰੀ ਆ ਹੀ ਨਹੀਂ ਸਕਦੇ, ਕੋਈ ਰਾਸਤਾ ਹੀ ਨਹੀਂ ਫੈਕਟਰੀ ਆਉਣ ਦਾ। ਦੈਨ ਵੀ ਡਿਸਾਈਡਡ ਕਿ ਯਾਰ ਇੱਥੇ ਕੁਛ ਅਰੇਂਜਮੈਂਟ ਕੀਤਾ ਜਾਏ, ਅਸੀਂ ਡਾਕਟਰ ਵਾਲਿਆਂ ਕੋਲ ਗਏ, ਥੋੜ੍ਹੀ ਐਸੋਸੀਏਸ਼ਨ ਬਣਾਈ, 5-7 ਬੰਦੇ ਜਿਹੜੇ ਉਸ ਲਾਈਨ ਦੇ ਵਿੱਚ ਰਹਿੰਦੇ ਸੀਗੇ, ਇਹਨਾਂ ਕੋਲ ਗਏ, ਇਹਨਾਂ ਨੇ ਸਾਨੂੰ ਘਾਈ ਨਹੀਂ ਪਾਈ, ਇੱਕ ਬੰਦੇ ਨੂੰ ਸਾਡੇ ਨਾਲ ਲਾਤਾ ਜਿਹੜੇ ਗਏ, ਲਾਰਾ ਲੂਰਾ ਲਗਾ ਕੇ ਭਰੇ ਕੀਤਾ, ਇੱਧਰ ਰਾਜਸਥਾਨ ਲੀਕਰ ਵਾਲਿਆਂ ਨੂੰ ਪਕੜਿਆ, ਇਹ ਕਹਿੰਦੇ ਜੀ ਯਾਰ ਸਾਡਾ ਤਾਂ ਪਾਣੀ ਇੱਧਰ ਆਉਂਦਾ ਨਹੀਂ, ਇੱਧਰ ਹਰੀਪੁਰ ਹਿੰਦੂ ਆਉਂਦੇ, ਸੰਤ ਲੈਣਾ ਦੇਣਾ ਕੁਛ ਨਹੀਂ ਹੈ, ਇਹ ਇਲਾਕਾ ਸਭ ਤੋਂ ਲੋਏਸਟ ਇਲਾਕਾ ਹੈਗਾ, ਸਿਰਫ ਇੱਕ ਕੋਰ ਮੈਟਲ ਇਸ ਤਰ੍ਹਾਂ ਸੀਗਾ ਜਿਹੜਾ ਕਰ। ਅਗਲੇ ਦਿਨ HPCA ਦਾ ਫੋਨ ਆ ਗਿਆ ਕਿ ਸਰ ਆ ਕੇ ਮਿਲੋ, ਤੁਸੀਂ ਤਾਂ ਬੜਾ ਵਧੀਆ ਕੰਮ ਕਰਿਆ ਐਸੋਸੀਏਸ਼ਨ ਦਾ, ਮੈਂ ਕਿਹਾ ਜੀ ਤੁਹਾਨੂੰ ਯਾਦ ਆ ਗਈ ਹੈ ਕਿ ਹੁਣ ਤੁਹਾਨੂੰ ਐਸੋਸੀਏਸ਼ਨ ਦੀ ਯਾਦ ਆ ਗਈ, ਉੱਧਰੋਂ ਦੇਖਿਆ ਤਾਂ ਹਰੀਪੁਰ ਹਿੰਦੂਆਂ ਦੇ ਵਿੱਚ ਉਹਨਾਂ ਦੀ ਰਾਜਸਥਾਨ ਲਿਕਰ ਲੱਗ ਰਹੀ ਸੀ, ਸਾਰਾ ਪਾਣੀ ਪੰਪ ਕਰਕੇ ਇੱਧਰੋਂ ਸਿੱਟੀ ਜਾ ਰਹੇ ਹਾਂ। ਅਸੀਂ ਉਹਨਾਂ ਨੂੰ ਪਕੜਿਆ, ਤਿਵਾਰੀ ਜੀ ਸੀਗੇ ਉੱਥੇ, ਉਹ ਕਹਿੰਦੇ ਜੀ ਮੇਰਾ ਤਾਂ ਪਾਣੀ ਹੀ ਨਹੀਂ ਹੈ ਵਾਲਾ, ਮੈਂ ਕਿਹਾ ਜੀ ਤੁਹਾਨੂੰ ਪਾਣੀ, ਆਪਣੇ ਪਾਣੀ ਦੀ ਪਛਾਣ ਕਿਸ ਤਰ੍ਹਾਂ ਹੈ ਪਹਿਲਾਂ ਉਹ ਦੱਸੋ, ਕੋਈ ਤਾਂ ਰੰਗ ਪਾਇਆ ਵਾ, ਆ ਪੰਪ ਲੱਗਿਆ ਸਾਰਾ, ਇੱਧਰ ਸਿੱਟੀ ਜਾਂਦੇ ਤੁਸੀਂ ਪਾਣੀ ਇੱਥੋਂ, ਮਤਲਬ ਇਹ ਦੇਖ ਲਓ ਵੀ ਇੱਕ ਦਿਨ ਨਾ ਇੱਕ ਬੰਦਾ ਇੰਟਰਵਿਊ ਦੇਣ ਲਈ ਜਾਣਾ ਸੀਗਾ, ਅਤੇ ਮੈਨੂੰ ਕਹਿੰਦਾ ਯਾਰ ਇਹ ਪਹੁੰਚਾਂਗੇ ਕਿੱਦਾਂ, ਮੈਂ ਕਿਹਾ ਯਾਰ ਇਹ ਭੈਂਸ ਜਾ ਰਹੀ ਹੈ ਤਾਂ ਚੜ ਜਾ, ਪੂੰਛ ਫੜ ਕੇ ਉੱਧਰ ਪਹੁੰਚ ਜਾਏਗਾ ਡਾਕਟਰਾਂ ਦੇ ਵਿੱਚ ਇੰਟਰਵਿਊ ਦੇਣ ਲਈ, ਹੋਰ ਕੋਈ ਤਰੀਕਾ ਨਹੀਂ ਹੈ। ਇਸ ਦੀ ਬੁਰੀ ਹਾਲਤ ਸੀ, ਕੁਛ ਕਹਿਣ ਦੀ ਹੱਦ ਨਹੀਂ, ਬਟ ਅਸੀਂ ਇਹਨਾਂ ਦੇ ਪਿੱਛੇ ਪੈ ਰਹੇ, ਇਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਕਰੋ, ਅਸੀਂ ਇਹਨਾਂ ਕੋਲ ਪਲਾਨ ਲੈ ਕੇ ਗਏ ਕਿ 30% ਤੁਸੀਂ ਕੰਟਰੀਬਿਊਟ ਕਰੋ, 30% ਤੁਸੀਂ ਕੰਟਰੀਬਿਊਟ ਕਰੋ, ਸਾਰੀ ਕੋਈ ਅਸੀਂ ਇਸ ਤਰ੍ਹਾਂ ਆਇਆ ਵੀ ਫੰਡਸ ਤਾਂ ਤੁਹਾਨੂੰ ਦੇ ਸਕਦੇ ਹਾਂ, ਪੈਸੇ ਦੇ ਦਿੰਦੇ ਹਾਂ, ਤੁਸੀਂ ਬਜਟ ਬਣਾ ਕੇ ਲਿਆਓ। ਯੂਲੀ ਸਰਪ੍ਰਾਈਜ਼ ਕਿ ਅਸੀਂ 32 ਲੱਖ ਰੁਪਏ ਦਾ ਬਜਟ ਲੈ ਕੇ ਇਹਨਾਂ ਕੋਲ।
बजट 60 लाख तक पहुँच गया क्योंकि प्रॉपर वे वो कहते जी फिर असं ये भी कर दिता कहते तुम इस तरह करो जी यदि ना टैसटिंग कराओ हूँ कि ये ड्रेनेज काम भी करेगा या नहीं करेगा जो तुम प्लैन किया है कि काम करेगा या नहीं करेगा असं जी फिर इंजीनियरिंग कॉलेज जाके टैसटिंग कराई बकायदा सिमुलेशन टैसट कराया था फिर लै गया सिंह साहब को कहते जी ठीक है असं हूँ थोड़े नाल फिर असं काम स्टार्ट किया पाइपलाइन का ठेके बुलाए सब चीज़ें बिल्कुल ट्रांसपेरेंट वे काम किया पूरा अजय स्टार्ट ही होया अगले दिन पिंड वाले ने आके रोकता कहिंदा जी ये तो राजस्थान लिकर और नैक्टर वाले अपनी लाइन पवा रहे हैं इन्होंने अपना गंद कढ़ना इतों की तो असं तो नहीं इतने बन देंगे ये पाइपलाइन बन ही नहीं सकती असं फाइनली फिर शर्मा जी को गए कहते यार असं कुछ नहीं कर सकते फिर असं जाके थाने कंप्लेट की कि यार ये साढ़े चलते हुए काम रुक सकते पंचायत का पहला बड़ा पंगा पिया फिर पंचायत वाले मनाया किस तरीके ना उन्होंने तो सर्टिफिकेट लिया भी पंचायत का काम है फिर फाइनली थाने वाले ने साड़ी सुनी पुलिस लगी हटाया लाइन पई काफ़ी दूर तक फिर अगे जाके जेडे जे फैक्ट्री के कोल जाते गुड पार्ट यह कि जिनी भी बड़ी फैक्ट्री वाले थे इन्होंने अपना वादा निभाया पूरा इन्होंने पैसे दिते टाइम टू टाइम दिते कोई इशू नहीं बट अनफॉर्चुनेटली जो साडे अपने बंदे थे 20% कट्ठे करने से वो बड़ी मुसीबत हो गई वो कहते जी इसका 30-35 हज़ार क्या मैं तो 5 हज़ार नहीं दे सकता जोड़े बंदे पहला ये कहते कि सर जी साड़िया गड्डिया टुटदियाँ इतों सानू ये प्रॉब्लम आ रही है मैं तो कहता जी 5 हज़ार नहीं दे सकता साढ़े तो एक्सपैक्ट ना करो काम मुकर गए एस्टर ड्रग कहता जी उन्हें 50 हज़ार दस फैक्ट्री भी इतों शिफ्ट कर चुका है हरिपुर हिंदुआ चले गए जोड़ा कि एरिया बिल्कुल कुछ नहीं फाइनली सर इन्होंने बुलाया मैं क्या सर देखो बहुत मुसीबत है सब बंदे पीछे हट चुके हैं बट ओनली वन थिंग इज देयर इफ यू हैव अ परपज एक परपज थोड़ा क्लीयर है यू हैव बस्ट फीलिंग यू हैव अ गुड फीलिंग जो अभी काम स्टार्ट किया फीलिंग बड़ी अच्छी थी कि यार असं बहुत अच्छा काम कर जा रहे हैं जो काम के प्रॉब्लम आई हैं बंदे सारे नड़ गए फिर तो लगता कि यार इतने नाल खड़ा कोई नहीं है बट दैन देर इज़ वन थिंग नहीं तो साढ़े तो टिके ही नहीं किसी हालत के भी आलमोस्ट मतलब जो पाइपलाइन का काम स्टार्ट होया उस टाइम मैं इतों जा चुका से फिर भी क्योंकि उन्हें जी साड़ी कमिटमेंट सी सिंह साहब ने छावड़ा जी ने इन्हें सारे ने मैंने कहा देखो सर असं तुहाडे मूँह दे उत्ते पैसे दिते हैं सानू हुण ये नहीं पता कि तुसीं इहनूं पाइपलाइन कहिंदे जी पाइप तो पैण ही नहीं देनी असीं इत्थे सो देयर आर हेल ऑफ प्रॉब्लम्स बट इफ यूर परपज इज़ क्लीयर कि भाई इहदे नाल लोकां दा बेनीफिट है और इंडस्ट्रीज हालांकि मेरा तो एक पैसे का बेनीफिट नहीं है क्योंकि मैं तो इस जगह तो मूव करके हरिपुर हिंदू चला गया बद्दी चला गया दो यूनिट मेरे बद्दी च लगे हुए हैं हरिपुर हिंदू लगे हुए हैं बट वी नो कि एटलीस्ट स्टार्ट साढ़े इतों ही होया एक बंदे ने काम स्टार्ट किया अज मेरे पांच यूनिट है गए हैं अलग अलग जगह से सो आई एम नॉट अफेक्टेड एट ऑल बट फिर भी एक परपज स्टार्ट किया कंप्लीट कर एंड दैट इज़ द रीज़न कि जो असं कंप्लीट किया इन्होंने उन्होंने खूब एप्रीशिएशन की कहते सर देखो इस तरह जो तुम कहोगे जो भी साड़ी हेल्प चाहिए होएगी आई कमिटेड टू यू सिंह साहब ने मैं परसनल कमिटमेंट दी है कि सारी परसनली आऊँगे आई मेक माई कमिटमेंट हैपन बाकी कोर मेटल ने तो खैर देखो शुरू तो ही कभी ना नहीं की किसी चीज़ के मतलब दे वर एब्सोल्यूटली गुड पीपल एक झटके के पूरे 20% पैसे उन्होंने देके डिफॉल्टर्स वर बी बेसिकली फिर फाइनली असं अपने पैसे भी उन्होंने तो पूरे कराए कि यार किस तरीके हूँ देखो एंड तक पहुँच गए हैं भी हमने पाइपलाइन खाली नहीं रह सकती सड़क तक मतलब पानी जाएगा लोगों ने कहा जी ये मच्छर पैदा होंगे पोल्यूशन से कंप्लेंट हो गई पोल्यूशन वाले सैंपल लै गए कि नैक्टर वाले पाइप पानी छड़ रहे हैं छड़ते हो मतलब आई डोंट से मतलब कि है या नहीं है बट ऐसा होंगे कि जो कोई अच्छा काम होंगे वह थोड़ी बहुत प्लस माइनस होंगे हवा न्यूज़पेपर से ऐड आ गई कि जान बुझ के इन्होंने जी गंदा पानी छड़न दे पाइप यू बी सरप्राइज कि देर वर थाउजेंड्स ऑफ पीपल और हंड्रेड्स ऑफ पीपल हु आर स्टॉपिंग अस बट वी बुलडोज इट लाइक एनीथिंग क्योंकि परपज बड़ा क्लीयर से परपज ये कि यार ये पाइपलाइन पानी है और लोगों जो काम स्टार्ट किया पूरा करना ही करना है एंड फाइनली वी वर एबल टू कंप्लीट इट एंड अज जो भी मैं इस एरिए आना है देख खुशी होंगी है कि एटलीस्ट मतलब हम सड़क बननी शुरू होगी आई एम श्योर कि मतलब जो आप जावे उन्होंने को क्योंकि दे विल फुलफिल देयर कमिटमेंट सिंह साहब एच पी सिंह है नैक्टर के छावड़ा जी है उन्होंने ये कहा कि पैसा इज मनी इज़ नॉट ए इशू तुम जो भी आओगे विल ऑनर दैट क्योंकि जो काम किया है 65 लाख वी स्पेंट ऑन दैट ए पाइपलाइन पैन क्योंकि सड़क तो उस तो बगैर बन ही नहीं सकती
और इन्नी ड्रेनेज सिस्टम पाया जगह जगह से पिट्स बनाए पूरे साइंटिफिक वे पाइपलाइन प्रोपर वे ना साइंटिफिकली डिजाइन करके सिमुलेशन करके तद असी ये पाइपलाइन पाई। इट इज़ वेरी गुड के मतलब अज इन्ने सारे लोग कट्ठे हो गए हैं जोड़ा बूटा उस टाइम लग्या है तो हूँ क्योंकि उस टाइम इंडस्ट्री भी घट सी। आई डोंट से कि मतलब लोग नहीं से इंटरस्टेड नहीं है, अगर कोई बंदा मशाल लेके अगे खड़ा हुंदा है तो पिछले चलने वाले काफ़ी है नो डाउट अबाउट इट बिकॉज लोगों को क्योंकि हर बंदा इंडस्ट्री चलाए या इस तरह के काम करे सो देर आर फ्यू वन हू वो की करते हैं कि वो कहें कि देखो जो जिन्हें भी असी बिजनेस हैं सारे के बिजनेस अलग अलग हैं इन्हों का दवाइया के नाल पैकेजिंग का है अमोंगिया साहब का रेफ्रिजरेशन का है साबुन का बिजनेस है बट ऑल दीज बिजनेसिस मे बी सैपरेट बट सब के बिजनेस प्रोसेस कॉमन है कोई असी एक दूसरे को किस तरह बेनीफिट करते हैं ये जो बेनीफिट है कि सड़क बनना ये बनना जो टेंजिबल बेनीफिट सामने नज़र आते हैं पर इस तो इलावा असी एक दूसरे को किस तरह कोऑपरेट कर सकते हैं। असी एक दूसरे के कंपीटीटर तो है नहीं क्योंकि साढ़े तो बिजनेस प्रोसेस ही अलग है साढ़े प्रोडक्ट्स ही अलग अलग है बट किस तरह असी एक दूसरे को सप्लीमेंट करके इनफैक्ट मैं आई वॉज वर्किंग इन परवानो इन प्योरोलेटर आयशर साढ़े नाल सी गैबरियल सी वी कीप ऑन विजिटिंग दैम तुम अपने फैक्ट्री की अच्छा किया है क्या क्या नवी चीज़ा कीतियाँ दे वर शोइंग अस कि उन्होंने की किया है असी उन्होंने दिखाते कि असी ये वाली चीज़ा कीतियाँ एक दूसरे नाल बेनीफिट के नाल क्योंकि दुनिया बहुत तेजी ने अगे बढ़ रही है जोड़े ग्लोबल स्टैंडर्ड्स है वो सब रिमेन सेम कि किसी ने डेमिंग अवार्ड ले लिया किसी ने ये कर लिया बट मोस्ट ऑफ जोड़े छोटे बिजनेसमैन है उन्होंने इन्हें चीज़ों के बारे पता ही नहीं है एंड दैट इज़ वन ऑफ द रीज़न कि उन्होंने ग्रोथ जी है दे ओनली रिमेन अ बिजनेसमैन दे डोंट बिकम ए एंटरप्रेन्योर जिसकी सोच बड़ी है एंटरप्रेन्योरशिप इज़ नथिंग बट एक सोच है कि बिजनेस में असं किस लैवल तक लेके जाने है उन्होंने किस तरह एक दूसरे की हेल्प करते हैं जोड़े वर्ल्ड स्टैंडर्ड्स है असं उन्होंने किस तरह मीट करते हैं अगर असी इन्हें चीज़ों के उत्ते भी इकट्ठे करके मतलब कम करिए आई एम श्योर कि जोड़ा ये जो बेनीफिट निकलने वाला है ना जिस तरीके मतलब ग्लोबल प्लेयर्स जोड़े है फॉरन कंट्री जर्मनी के इदा दंट्रीज़ के इन्होंने चीज़ों को बेनीफिट लेंगे असी भी लैसन स्किल डिवेलपमेंट ये सब चीज़ा बहुत ज़्यादा है अपने को सब चीज़ों की घाट हैगी है अगर असी इन्होंने चीज़ों पर भी फोकस करिए एज ए सैकेंड पार्ट ऑफ दिस एजेंडा पहला पार्ट तो यह है कि जो कॉमन प्रॉब्लम्स है कॉमन परपज़ है अगर असी उन्होंने पूरा करते हैं आई एम श्योर कि मतलब एवरीबडी इज़ गैटिंग बेनीफिट हालांकि अपना बेसिक बेनीफिट यह है कि यार साड़ी जमीन की कीमत कितनी बढ़ती है बट उस तो भी उपर काफ़ी होर चीज़ें है क्योंकि बिजनेस कहते कि अ बिजनेस विच जनरेट्स ओनली मनी इज़ नॉट अ गुड बिजनेस सो बिजनेस हैज़ मैनी अदर एवेन्यूज हूँ असी इस जगह तो स्टार्ट होए एक बंद मैं काम स्टार्ट किया 2011 अज मेरे को घट्टो घट 200 बंदा काम करता है अलग अलग यूनिट्स के सो वी हैव ग्रोन मल्टीपल बट रीज़न सोच बड़ी रखी हूँ नाउ वी आर थिंकिंग कि इस इलाके ने सानू मतलब जी है तरक्की दी है सो इस इलाके में सारे सर्च किया एक भी NGO काम नहीं करता सो लेट अस वर्क फॉर दिस अपग्रेडेशन जिस इलाके तो थानू अच्छा कमा रहे हैं अगर उत्थे एक NGO खोलिया जाए जिसे गरीब बच्चे की एजुकेशन विधवा उन्होंने रोज़गार लाइक दिस मतलब अगर असी कुछ इस तरह का कम करिए सो वी हैव अ प्लैन कि नैक्सट ईयर वी आर गोइंग फॉर NGO इन दिस एरिया सो इन दिस वे मतलब वी कैन प्रोग्रेस जेडे बंदे भी शेयरिंग दे विच बिलीव नहीं करते बिलीव मी फर्स्ट स्टेप इज शेयरिंग ग्रोथ उत्थे अगर रुक जाए सो दैट इज़ द एजेंडा आई एम श्योर कि कोहली साहब इस उत्ते भी कुछ कम करेंगे और देखेंगे अगर बीइंग ए इंडस्ट्री साढ़े तो कोई हेल्प चाहिए हैगी है आई एम ऑलवेज देयर एक्सपीरियंस इज ऑलवेज देयर क्योंकि इनिया मीटिंगा कीतियां इन्ना मत्था मारिया इन्ना पेट्रोल फूकिया बिलीव मी मतलब एसोसीएशन तो साइड से कोई इशू नहीं क्योंकि एक पकड़ा परपज पकड़ा एक काज पकड़ा उस काज नू थ्रू किया जो सैटिस्फैक्शन मिलती है बिलीव कोई मतलब किसी और चीज़ नाल नहीं मिलती सो दैट इज़ वट आई इंजॉयड वर्किंग विद मैनी पीपल ओवर विचार के सब चीज़ों सॉल्व किया एंड फाइनली वी कम टू दिस कंकलूजन मेरे ख्याल हूँ तक जिन्नी बड़ी इंडस्ट्री नज़र आ रही है जिन्हें मतलब मैंबरस नज़र आ रहे हैं देख के ही दिल खुश हो रहा है कि एटलीस्ट अगर इदा की फोर्स मतलब इकट्ठी हो जाए ए, एरिया और सब लोगों की तरक्की कितनी ज़्यादा होए
एक दूसरे तो की बेनीफिट मिले सानू। असी कोई एक दूसरे से कंपीटीटर तो है नहीं कि यार मेरी फैक्ट्री तुम देख ली तो कोई चोरी कर लेना वो कोई आइडिया चोरी कर लेना। इट इज़ नॉट लाइक दिस योर सेल प्राइस। हूँ की है सेल प्राइस इज डिसाइडेड बाय कस्टमर, यू कांट चेंज इट। प्रॉफिट तुम्हें लेना ही लेना, सो यू कैन वर्क प्ले ऑन कॉस्ट प्राइस ओनली। सो जिनी वेस्टेज कट कर लो दैट इज योर प्रॉब्लम, दैट इज द वे द इंडस्ट्री। और वही जो पैसा आना है प्रॉफिट जिन्ना बधेगा ही एरिए की तरक्की होनी है, क्योंकि कोई बंदा अपने पल्यों का पान नहीं लग्या। सो बैटर यह है कि अगर असं ये सब चीज़ों के उत्ते कम करके इनू अगे लेके जाइए, इस परपज़ में जो कोहली साहब ने हम चक्या है शर्मा लिया है अगर कैरी फॉरवर्ड कर लगे हैं, आई एम वेरी श्योर कि मतलब वी हैव अ वेरी गुड फ्यूचर। ओनली थिंग इज वी नीड टू बी फ्लैक्सीबल, ओपन माइंड एंड ऑल द बेस्ट। वी आर प्लैनिंग और हर इंडस्ट्री एक दूजे को मिलन का मौका मिले और वो सारे जो आपस मिलने अपने अपने व्यूज़ उत्थे रखे तो वी विल टेक फॉरवर्ड कि उन्होंने असी नैक्सट मीटिंग तक कुछ ना कुछ सॉल्व किया जाए। और ये साडा एक मोशन जिहड़ा असी बनाया है ये तुहाडे सारे भरावां दे नाल मिल के बने। वी रिक्वेस्ट एवरीबडी कि वो सारिया मीटिंगा जरूर अटेंड करन, सारा कुछ बहुत अच्छे तरीके अगे चलता है जब सारे एक दूसरे नाल मिल के चलते। सो आई रिक्वेस्ट एवरीवन प्लीज़ की हाँ ये असी एक फाइनेंसिस की भी छोटी जी कॉस्ट रखी है। वी हैव प्लैन कि 1000 रुपीज़ असी एज अ एनुअल वन टाइम मैंबरशिप लै रहे हैं जिहड़ी कि एक बार ही लीती जाएगी और उस तो बाद टिल मार्च वी आर टेकिंग 1000 रुपीज़ पर मंथ फॉर वेलफेयर ऑफ ऑल पीपल्स। जिहड़ा प्रोजेक्ट लगाया गया वो ही पैसा यूज़ करन दे लई आफ्टर मार्च वी विल गो फॉर 500 रुपीज़ एज अ मंथली फी। और जदों एसोसीएशन थोड़ी जी स्ट्रोंग हो जाएगी होर हो जाएगी वी हैव प्लैंड कि असी इन 500 तो भी रिड्यूस करके 300 तक लैके आई। इसे लिए ओपन है जब मर्जी कोई देखना चाहे, वो अकाउंटेबिलिटी है, हर चीज़ उसनों बड़े नाइसली प्रेजेंट किया जा रहा है और वो कोई भी कभी भी कुछ देखना चाहे फंड्स के बारे पूछना चाहे ही इज़ वेलकम एवरी टाइम एनी वेयर साढ़े तो फंड्स की बारे जानकारी लै सकता है। बट वी अश्योर यू कि जिन्ना पैसा कलैक्ट हो रहा है वो साड़ी रोड्स से और इंडस्ट्री के बेनीफिट के लिए ही यूज़ होएगा। परसनल बेनीफिट्स किसी के नाल कोई बेनीफिशियल किसी की चीज़ ना मनी जाएगी ना होएगा। सो वी विल डू लाइक दिस विद योर सपोर्ट। साडा मेन मकसद पैसा इकट्ठा करके वड्डा कॉर्पस भी बनाना है। साडा मेन मकसद है जो जो पैसा इकट्ठा हो रहा है नाल दे नाल यूज़ कर दे यूज़ भी करांगे उन्हों असी पैसे नू अपने कोल इकट्ठा नहीं रखना। डेवलपमेंट ऑफ द एरिया करना है, यही है असी 5 लाख दे बजट बना के इकट्ठा कर लेना पैसा जी 5 लाख साडे कोल पिया नहीं। सानू जो लोड़ होएगी असं थोड़े सारे को आवेंगे साथियों को आवेंगे भी सानू पैसे की लड़ हैगी है हूँ सानू पैसा चाहिए है। लेट अस ऑल कॉन्ट्रीब्यूट फॉर दिस कॉमन कॉज एंड विल बी एवरी एक्सपेंस जरा भी हो रहा है वो जब तक 3 ईसी मैंबर वगैरह कंप्लीट नहीं करते उद तक कोई किसी भी एक बंद की रजामंदी हो सकता है। अगर वो 2 जने साइन करते हैं सिंगल साइन अथॉरिटी कोई भी नहीं है और यदा बैंक अकाउंट खुल चुका है डेरा बस्सी के अंदर ही खुल चुका है। वी आर प्लैनिंग कि हले बैंक अकाउंट खोलिया तो असं यू रजिस्टर्ड भी करवावांगे इहदी रजिस्ट्रेशन भी लैके आवांगे और विद अ शॉर्ट वाइल वी विल शो यू मैनी थिंग्स टूगैदर। मैं शर्मा जी कहांगा थोड़े 2 शब्द देण कहणगे ते प्लस फिर असी अपनी इंडस्ट्री के जिहड़े आए सारे मेरे सारे गैसट ते कोहली साहब ने एक्सप्लेन कर ही दिता तुहानू सारा कुछ वी आपां की कर रहे हैं फ्यूचर दे साडे प्लैन की है ते असी नाल नाल अपनी प्रॉब्लम्स के नाल नाल वी विल आल्सो वी लाइक दिस तुम सानू यूजफुल सुजैशन भी दियो सानू वी हाउ वी कैन वर्क इंप्रूव अवर वर्किंग आल्सो फैब्रिकेशन ऑटो सेसरीज रूफ कैरियर सेफ्टी कार्ड्स सब थोड़ा नॉलेज पायनियर थोड़ा नॉलेज पायनियर हेलटेक नहीं है कोई आए हैं आगे 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 आए नेक्स्ट अगे एस एस इंजीनियरिंग जी एस एस इंजीनियरिंग बीरा जी फूड्स इंट्रोडक्शन भी है या ये कौन सी डीलिंग ब्लड बैंकिंग इक्विपमेंट्स ओनली ब्लड ब्लड बैंक दो तरह से वो कैंप वास्ते काम कर रहे हैं। चलो जी गुड तोड़ी पूरी सपोर्ट चाहिए होगी जी बीरा जी फूड प्रोडक्ट्स है जी हमारा काम है बेकरी बिस्किट्स नमकीन रस वगैरह बनाना। आने वाले टाइम में जब भी हमारी मीटिंग होगी इनके यहाँ से नमकीन के लिए स्पेशली इनको रिक्वेस्ट करी है
एक अच्छी बात मैं इनको बताने आप सबके शेयर करना चाहता हूँ, क्योंकि ये लोग इंडस्ट्री चलाते हैं, हम लोग समोसे ऑलमोस्ट हर फैक्ट्री में लगते हैं। हमने इनको कहा है कि आप अच्छा एक समोसा बनाइए, एक अच्छी क्वालिटी ली, इसको थोड़ा सा पीछे कर डिस्ट्रक्शन दियो जी। मेरा पीवीसी पाइप और वाटर टैंक्स ओवर टैंक्स होते हैं ना जो पानी की, और वो उसकी मैन्युफैक्चरिंग और ट्रेडिंग करते हैं। थैंक यू सर। भाई थोड़ा नाल हो जाए, मेरा मशीनरी और वाटर टैंक का काम है, ऑल ओवर इंडिया सप्लाई है। बेसिकली डील्स इन फार्मा पैकेजिंग इंडस्ट्री, पैकवेल इनोवेशंस। बताइए कार्टन्स की मैन्युफैक्चरिंग है, कॉर्रुगेटेड बॉक्सेस कार्टन्स। एम बी टेक इंडस्ट्रीज, पीपी कैप और इंजेक्शन की मैन्युफैक्चरिंग। श्री महावीर इंडस्ट्रीज। हेलो एवरीवन, मेरा नाम है पुनीत जैन, हम स्टेनलेस स्टील में नट बोल्ट स्क्रूज बनाते हैं। मैनी हो गया, वेरी गुड। डिमांड टिम्बर्स और हम परम इंडस्ट्री बनाते हैं जी, अलग अलग तरह की डिफरेंट टाइप्स की। माई सेल्फ राजीव राणा, क्या बोलो जी। मेडिकल पैकेजिंग में मैं डील करता हूँ, फार्मा कंपनीज में मेडिकल पैकेजिंग में बहुत। प्रिंटिंग एंड पैकेजिंग, प्रिंटिंग एंड वीके इंडस्ट्रीज। बताइए जी। किस्मत राव भाई सर, इलेक्ट्रिकल गुड्स के अंदर डील करते हैं। गुड। बीपी इंडस्ट्री, बीएनबी स्टील्स। वी आर मैन्युफैक्चरिंग जेसीबी पार्ट्स। गणेश शॉप जी, सारे ने जोड़ो। अच्छा तू इधर आ जा। डीग्रा एंटरप्राइजेस, नाम बोली जाए ना। एस एस के इंजीनियरिंग वर्क्स, अब ये आल इंडस्ट्री जो भी मैकेनिकल लाइन का काम करता है। घनश्याम कटारिया मेरा नाम है जी, प्लास्टिक रीसाइकिल का काम। वेरी गुड। मैं आज बल्कि अच्छ असी संदीप जी मोंगे साहब के ब्रदर है जी, ये चंडीगढ़ हैंडल करते सारा इन्हों का काम जी। अच्छा, अच्छ बल्कि एक बहुत अच्छा एक मौका भी है, अज एक बहुत अच्छा असी इन्होंने बहुत अच्छा सजेशन भी सानू दिता है। अज असी पौधा ला रहे हैं जी, अज साड़ी इस नींह की शुरुआत हो रही है डेरा बस्सी स्मॉल ग्रीन। ये दोनों ब्रदर जोड़े है जी, इन्होंने ये नैचुरल उदे बहुत ज़्यादा करते, इन्होंने जी शुरुआत तो इन्हों को ओपन ऑफर है किसी भी इंडस्ट्री को, अगर चाहिए है अपना पौधे वगैरह तो दे आर ऑफरिंग की वी आर रेडी टू ऑफर दैम जी। संदीप मोंगिया, मोंगिया एंड कंपनी तो वी डील इन ऑल टाइप ऑफ रेफ्रिजरेशन कमर्शियल इक्विपमेंट एंड कमर्शियल किचन इक्विपमेंट, जिहड़े कि रेस्टोरेंट होटल्स वगैरह। थैंक यू। राहुल जी आरवीएल तो जी। माय नेम इज राहुल गुप्ता, आई एम फ्रॉम आरवीएल पॉली इंडस्ट्रीज प्राइवेट लिमिटेड, वी सप्लाई पैकेजिंग मटेरियल टू एफएमसीजी कंपनीज। आई एम जी के महेंद्रू फ्रॉम महेंद्रू प्रिंट एंड ग्राफिक्स, वी डील इन बेसिकली इन पैकेजिंग फार्मा पैकेजिंग। इन्हों का सैदपुर जो है मेन इंडस्ट्री उसके मेन बहुत खड़े खड़े है। एनीबडी हू इज लेफ्ट, वो पक्का बंद करो जी। ट्रैक्टर पार्ट्स बनाते हैं हाइड्रोलिक ब्रेक एचएमके, दूसरे का सर्टिफिकेट ना चला है नेटनियम बक्स तो मैं ट्रैक्टर पार्ट ना। ठीक है, वेलकम जी। ये तो हो गए पी स्टार तो ही ये अपना पी स्टार जी एंड कंपनियां जी, अपना जिले में स्कूटर टू व्हीलर जिन्ने बाइक ने सब की असैम्बली बनाने, किसी का मोटरसाइकिल खराब हो तो साढ़े को लै। माई सेल्फ राजेश फ्रॉम राजेश सेल्स, बेसिकली वी डील इन एंगल चैनल्स एंड सेल प्लेट्स एंड जिंदल। कोर मेटल तो नहीं नहीं, कोर मेटल इंडस्ट्रियल इक्विपमेंट। आई इंडस्ट्रियल की करते थे थोड़ा अपने बारे में। इधर हो गया सगा जी, ट्रैक्टर पार्ट का नंबर। वेरी गुड, वेरी गुड।
We missed Neeraj ji today also. Tell him that we are missing him today. ਅਸੀਂ ਚਾਹਾਂਗੇ ਇੱਕ ਟ੍ਰੀ ਜ਼ਰੂਰ ਪਲਾਂਟ ਕਰ ਅਗਰ ਉਹ ਇਸ ਏਰੀਆ ਨੂੰ ਵੈਲ ਅੱਗੇ ਆਰਗੇਨਾਈਜ਼ ਦੇਖਣਾ ਚਾਹੁੰਦਾ ਤਾਂ ਟ੍ਰੀ ਪਲਾਂਟੇਸ਼ਨ ਇਜ਼ ਮਸਟ ਸ਼ੋਰ ਪੀਪਲ ਪਲੀਜ਼ ਡੂ ਨਾਉ ਵਿਲ ਰਿਕੁਐਸਟ ਐਵਰੀਬਾਡੀ ਅਗਰ ਕੋਈ ਕੁਐਸਚਨ ਹੋਵੇ ਕੋਈ ਆਨਸਰ ਹੋਵੇ ਤੁਸੀਂ ਪੁੱਛਣਾ ਚਾਹੁੰਦੇ ਹੈ ਫੋਟੋ ਵਧੀਆ ਖਿੱਚਣਾ ਜੀ ਅਸੀਂ ਹੁਣ ਸਾਰੇ ਬਲੌਕ ਬਲੌਕ ਕਰਾ ਕੇ ਸਾਰਿਆਂ ਨੂੰ ਦੇਣੀ ਹੈ ਮੈਂ ਵੀ ਕਹਿਣ ਲੱਗਿਆ ਸੀਗਾ ਫੋਟੋ ਬਹੁਤ ਵਧੀਆ ਆ ਰਹੀ ਹੈ ਤੁਸੀਂ ਆਪਣੇ 'ਚ ਕਿਸੇ ਨੂੰ ਕਲਿੱਕ ਕਰਨਾ ਕਰ ਦਿੰਦੇ ਅਸੀਂ ਤੁਹਾਡੇ ਕੋਲ ਕਲਿੱਕ ਕਰਾਉਣੀ ਆ ਗਏ ਭਾਈ ਸਾਹਿਬ ਆ ਕੇ ਚਲੋ ਮੋਬਾਈਲ 'ਚ ਸਾਡੇ ਸਾਰਿਆਂ ਦੀ ਬਲੌਕ ਹੋਣੀ ਜੀ ਧਿਆਨ ਰੱਖਣਾ ਇਹ ਸਾਰੇ ਮੈਂਬਰ ਨੂੰ ਜਾਣੀਆਂ ਫੋਟੋਆਂ ਸਾਡੇ ਸਰ ਕਰਦਾ ਮੈਂ ਤੁਸੀਂ ਜਿਹੜਾ ਅੱਜ ਦਾ ਪਰਪਸ ਸੀਗਾ ਤੁਹਾਡਾ ਸਟਾਰਟ ਕਰਾਂਗੇ ਵੀ ਅੱਜ ਜਿਹੜਾ ਆਪਣੇ ਅੱਜ ਜਿਹੜੀ ਮੀਟਿੰਗ ਰੱਖੀ ਹੈ ਇਹਦਾ ਕੀ ਮੇਨ ਮਕਸਦ ਕੀ ਹੈ ਕੀ ਪਰਪਸ ਤੁਸੀਂ ਦੱਸਣਾ ਵੀ ਅਸੀਂ ਇੰਡਸਟਰੀ ਜਿਹੜੀ ਹੈ ਹਾਂਜੀ ਤੇਰਾ ਬੱਸੀ ਸਮਾਲ ਸਕੇਲ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ ਅੱਜ ਇੱਕ ਨਵਾਂ ਐਸੋਸੀਏਸ਼ਨ ਇੱਕ ਡੇਰਾਬੱਸੀ ਦੇ ਜਿੰਨੇ ਵੀ ਸਾਰੇ ਸਮਾਲ ਸਕੇਲ ਇੰਡਸਟਰੀਲਿਸਟ ਹੈਗੇ ਆ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਬਣਾਇਆ ਗਿਆ ਹੈ ਇਹ ਐਸੋਸੀਏਸ਼ਨ ਜਿਹੜੀ ਹੈ ਇਹ ਫੋਰ ਦਾ ਡਿਵੈਲਪਮੈਂਟ ਸਾਰੇ ਜਿੰਨੇ ਵੀ ਸਮਾਲ ਸਕੇਲ ਇੰਡਸਟਰੀ ਇਸ ਇਲਾਕੇ ਦੇ ਵਿੱਚ ਹੈਗੀਆਂ ਉਹਨਾਂ ਦੀਆਂ ਸਾਰਿਆਂ ਦੀਆਂ ਅਲੱਗ ਅਲੱਗ ਪ੍ਰੋਬਲਮ ਜਿਹੜੀਆਂ ਹੈਗੀਆਂ ਉਹਨਾਂ ਸਾਰਿਆਂ ਨੂੰ ਗੌਰਮੈਂਟ ਦੇ ਅੱਗੇ ਜਾਂ ਮੀਡੀਆ ਆਪਣਾ ਲੋਕਾਂ ਦੇ ਅੱਗੇ ਦੱਸਣਾ ਕਿ ਵੀ ਸਾਡੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਇਹ ਐਸੋਸੀਏਸ਼ਨ ਬਣਾਈ ਗਈ ਹੈ ਅਸੀਂ ਇਹ ਚਾਹਾਂਗੇ ਕਿ ਵੀ ਇਸ ਐਸੋਸੀਏਸ਼ਨ ਦੇ ਦੁਆਰਾ ਜਿੰਨੀਆਂ ਵੀ ਸਾਡੀਆਂ ਇਸ਼ੂਜ਼ ਹੈਗੇ ਹੈ ਉਹ ਹਾਈਲਾਈਟ ਕਰਕੇ ਸੋਲਵ ਕੀਤੇ ਜਾਣ ਔਰ ਸਾਡੀਆਂ ਜਿੰਨੇ ਵੀ ਸਾਡੇ ਵੀਰ ਖੜ੍ਹੇ ਹੈ ਇੱਧਰ ਇਹ ਦੇਰ ਆਲ ਸਮਾਲ ਸਕੇਲ ਇੰਡਸਟਰੀ ਜਿਨ੍ਹਾਂ ਸਾਰਿਆਂ ਦੇ ਯੂਨਿਟਸ ਇਸ ਇਲਾਕੇ ਵਿੱਚ ਹੈਗੇ ਆ ਉਹਨਾਂ ਸਾਰਿਆਂ ਦੀ ਅੱਜ ਅਸੀਂ ਇਕੱਠਾ ਕਰਕੇ ਐਸੋਸੀਏਸ਼ਨ ਬਣਾਈ ਗਈ ਹੈ ਕੀ ਪ੍ਰੋਬਲਮਸ ਆ ਰਹੀਆਂ ਸਰ ਤੁਹਾਨੂੰ ਇੱਥੇ ਸਾਨੂੰ ਸਾਡੀਆਂ ਮੇਨ ਜਿਹੜੀਆਂ ਸਾਡੇ ਸਾਰੇ ਇੰਡਸਟਰੀ ਦੀ ਪ੍ਰੋਬਲਮ ਦੋ ਤਿੰਨ ਬੜੀਆਂ ਕਾਮਨ ਹੈਗੀਆਂ ਇੱਕ ਤਾਂ ਹੈਗੀ ਹੈ ਰੋਡਸ ਰੋਡਸ ਇਜ਼ ਅ ਵੈਰੀ ਕਾਮਨ ਪ੍ਰੋਬਲਮ ਜਿੰਨੀਆਂ ਵੀ ਇੰਡਸਟਰੀਆਂ ਸੀ ਅਸੀਂ ਦੇਖੋ ਲੱਖਾਂ ਕਰੋੜਾਂ ਰੁਪਏ ਇੱਥੇ ਸਾਰਿਆਂ ਨੇ ਲਗਾਏ ਮੈਂ ਮਨਜੀਤ ਪਾਸਕਰ ਫਾਊਂਡਰ ਆਫ ਦਿਸ ਐਸੋਸੀਏਸ਼ਨ ਡੇਰਾ ਬੱਸੀ ਸਮਾਲ ਸਕੇਲ ਐਸੋਸੀਏਸ਼ਨ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਇਸ ਇੰਡਸਟਰੀ ਦੀ ਪ੍ਰੋਬਲਮ ਨੂੰ ਅਸੀਂ ਹਾਈਲਾਈਟ ਕਰਕੇ ਠੀਕ ਕਰਾਉਣ ਦੀ ਕੋਸ਼ਿਸ਼ ਆਫਿਸ ਵੇਅਰਰ ਹੈ ਉਹਨਾਂ ਦੇ ਲਈ ਇੱਕ ਕਾਮਨ ਏਜੰਡਾ ਜਿਹੜਾ ਕਿ ਇਹ ਸੈੱਟ ਕੀਤਾ ਹੈਗਾ ਕਿ ਇਸ ਏਰੀਏ ਦੀ ਤਰੱਕੀ ਦੇ ਲਈ ਇੰਡਸਟਰੀ ਨੂੰ ਆਉਣ ਵਾਲੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਕਾਮਨ ਪ੍ਰੋਬਲਮਸ ਹੈਗੀਆਂ ਉਹਨਾਂ ਦੇ ਲਈ ਇੱਕ ਫੋਰਮ ਬਣਾਇਆ ਹੈਗਾ ਜਿਹੜਾ ਕਿ ਉਹਨਾਂ ਦੀ ਪੈਦਾ ਕਰ ਰਹੀ ਹੈ ਪ੍ਰਾਈਵੇਟ ਆਰਗੇਨਾਈਜੇਸ਼ਨ ਇੰਡਸਟਰੀ ਜਿਹੜੀ ਹੈਗੀ ਹੈ ਉਹਨਾਂ ਨੂੰ ਹੋਰ ਵਧਾਇਆ ਜਾਏ ਤਾਂ ਕਿ ਇੰਡਸਟਰੀ ਗਰੋ ਕਰੇ ਔਰ ਪੰਜਾਬ ਜਿਹੜਾ ਹੈਗਾ ਤਰੱਕੀ ਕਰੇ ਇਹਦੇ ਲਈ ਜੋ ਵੀ ਅਸੀਂ ਏਜੰਡਾ ਸੈੱਟ ਕੀਤਾ ਹੈਗਾ ਆਈ ਐਮ ਸ਼ੋਰ ਕਿ ਉਹ ਅਸੀਂ ਪੂਰੇ ਤਰੀਕੇ ਦੇ ਨਾਲ ਫੁਲਫਿਲ ਕਰਾਂਗੇ ਇੰਡਸਟਰੀ ਉਹਦੇ ਲਈ ਪੂਰਾ ਯੋਗਦਾਨ ਦੇਵੇਗੀ ਔਰ ਇਸ ਏਰੀਏ ਦੀ ਤਰੱਕੀ ਹੋਏਗੀ ਥੈਂਕ ਯੂ